ਮਾਮਾ ਜੀ ਦੀ ਫੋਟੋ ਨੇ ਇੱਧਰ ਵੀ ਇਨਾਂ ਕੋ ਮੈਂ ਛੋਟਾ ਹੋਂਦਾ ਰਿਹਾ ਵੀ ਉਹਨਾਂ ਮੈਂ ਕਹਿ ਸਕਦੇ ਵੀ ਮੇਰੇ ਫਾਦਰ ਸਾਹਿਬ ਨੇ ਨਹੀਂ ਕੀਤਾ ਹਣਾ ਮੇਰਾ ਜਿੰਨਾ ਮਾਮਾ ਜੀ ਨੇ ਕੀਤਾ ਮੈਨੂੰ ਇਹ ਨਾਮ ਲਾ ਕੇ ਰੱਖਿਆ ਇਹਨਾਂ ਦੀ ਇੱਧਰ ਨਾਲ ਭਗ ਸਿੰਘ ਨੇ ਵੀ ਉਹ ਸੋਚ ਜਿਹੜੀ ਕਿਤੇ ਨਾ ਕਿਤੇ ਵੀ ਆ ਚਲੋ ਆਪਾਂ ਇਹਨਾਂ ਦੇ ਇਸ ਲਾਈਕ ਹੈ ਤਾਂ ਹੈ ਨਹੀਂਗੇ। پوری ਗੱਲ ਛੇੜੋ ਜੇ ਅਕਸਰ ਕਹਿੰਦੇ ਬਾਈ ਤੂੰ ਸੱਪਾਂ ਅੱਡੇ ਜਮ ਬਣਾਇਆ ਹੋਇਆ ਸੱਪ ਜਿਹੜੇ ਵੀ ਆਏ ਲਾ ਲਓ ਵੀ ਨਾਲ ਬਹਿ ਕੇ ਨਾਲ ਖੜ ਕੇ ਖਾ ਕੇ ਗੱਲਾਂ ਨੂੰ ਉਹਦੇ ਸੱਪ ਹੀ ਨੇ ਜਿਹੜੇ ਕਲਰ ਨੂੰ ਹੱਥ ਪੈ ਗਿਆ ਉਹ ਸੱਪ ਹੀ ਵੀ ਆਦਾ ਵੀਰੇ ਸੋਣਾ ਕੰਮ ਕਰੋ ਕਿਉਂ ਕੰਮ ਹਰੇਕ ਮੈਂ ਨਹੀਂ ਕਹਿੰਦਾ ਵੀ ਮੈਂ ਸਿਆਣਾ ਬਣਦਾ ਹਰੇਕ ਕਰਕੇ ਦੇਖਿਆ ਹੋਇਆ ਤੇ ਹਰੇਕ ਕਹਿੰਦੇ ਕਰਨਾ ਵੀ ਚਾਹੀਦਾ ਜਦੋਂ ਤੱਕ ਬੰਦੇ ਨੂੰ ਮਤ ਨਹੀਂ ਹੋਈਏ ਤੱਕ ਉਹ ਕੰਮ 'ਚ ਪੈਰ ਨਾ ਬੜੇ ਸਮਝੋ ਬੰਦਾ ਉਹ ਤੱਕ ਸਮਝਦਾਰ ਨਹੀਂ ਜਿਵੇਂ ਪਸਟ 2 ਹੋ ਗਈ ਬਸ ਪੜਦੇ ਨਹੀਂ ਸੀਗੇ ਬਸ ਫਿਰਨਾ 10ਵੀਂ 'ਚ 10th 'ਚ ਸੀ ਇਧਰ ਉਧਰ ਫਿਰਲੇ ਨਾਈਂ ਤੇ ਫਿਰਲੇ ਤੇ ਪਲਸ 1 'ਚ ਫਿਰਲੇ ਪਲਸ 2 'ਚ ਫਿਰਲੇ ਤੇ ਬਾ ਘਰਦਿਆਂ ਨੇ ਕਿਹਾ ਭਰਾਵਾ ਹੱਥ ਜੋੜ ਕੇ ਘਰੇ ਬਹਿ ਜਾਣ ਬਹੁਤ ਫਿਰਲੇ ਦੇ ਭਾਈ ਇਹ ਲਾ ਲਓ ਵੀ ਇੱਕ ਕੋੜਾ ਚਲਾ ਲਿਆ ਜਾਂ ਯਾਰਾ ਮਿੱਤਰਾਂਾ ਵਧੀਆ ਜਿਵੇਂ ਜਦੋਂ ਦਿਲ ਮਿਲਦਾ ਬਹਿ ਕੇ ਹੱਸ ਖੇਡ ਲੇ ਤੇ ਅੰਦਰ ਬਾਰ ਪਹਿਲਾਂ ਹਾਂ ਠੀਕ ਅੰਦਰ ਬਾਰ ਜਦੋਂ ਨਿਆਣਤ ਸੀ ਜਾਈਦਾ ਹੀਗਾ ਹੁਣ ਘਰੇ ਰਹਿਣਾ ਸ਼ੌਂਕ ਸਭ ਤੋਂ ਵੱਡਾ ਵੀ ਘਰੇ ਰਹਿਣਾ ਵਾ ਕਿਹੜੇ ਨਾਰਾਸ਼ ਹੁੰਦੇ ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹੂੰ ਵੱਡੇ ਭਾਈ ਨਾਰਾਸ਼ ਹੁੰਦੀ ਵੀ ਲੋੜ ਨਹੀਂ ਸਗੋਂ ਆਪਾਂ ਨੂੰ ਉੱਥੋਂ ਇੱਕ ਨਵੀਂ ਜ਼ਿੰਦਗੀ ਮਿਲਦੀ ਆ ਠੀਕ ਹੈ ਵੀ ਆਪਾਂ ਜਿਹੜੇ 6 ਵਜੇ ਆਣਾ ਇਸ ਨੂੰ ਸਗੋਂ ਖੁੱਲੀ ਰਹਿਣ ਦਿਓ ਪਰ ਹੁਣ ਨਾ ਦਵਾਈ ਲਓ ਖੁੱਲੀ ਰਹਿਣ ਦਾ ਵੀ ਇਸ ਤੇ ਆਪਾਂ ਨੂੰ ਪਤਾ ਲੱਗੇ ਵੀ ਅੱਗੇ ਤੋਂ ਇਹ 7:00 ਵੱਜੇ ਨਾ ਸਭੋ ਜਿਹੜਾ ਬੰਦਾ ਮਾਰ ਰਿਆ ਉਹਨੂੰ ਇੰਨੇ ਕੁ ਵਧੀਆ ਤਗੜੇ ਹੋ ਕੇ ਦਿਖਾਓ ਵੀ ਕੀ ਬਾਤ ਹੈ ਸਿਰ ਲੱਗ ਗਿਆ ਅਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਜਾਨਾ ਸਪੋਕਸਮੈਨ ਤੇ ਮੈਂ ਪਰਮਦੀ ਪ੍ਰਾਣਾ ਕਹਿੰਦੇ ਹੌਸਲਿਆਂ ਦੇ ਕਦ ਉੱਚੇ ਹੋਣ ਤਾਂ ਹਰ ਮੈਦਾਨ ਫਤਿਹ ਹੁੰਦਾ ਪਰ ਜਿਨ੍ਹਾਂ ਨੇ ਹਾਲਾਤਾਂ ਦੇ ਨਾਲ ਲੜ ਕੇ ਜੰਗ ਫਤਿਹ ਕੀਤੀ ਹੁੰਦੀ ਆ ਉਹਨਾਂ ਨੂੰ ਜਜ਼ਬਾਤ ਹਾਲਾਤ ਤੇ ਮੌਕੇ ਦਾ ਪਤਾ ਹੁੰਦਾ ਹੈ ਵੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਦੁਨੀਆ ਤੋਂ ਸਮਾਜ ਤੋਂ ਕੀ ਸਿੱਖਿਆ ਅੱਜ ਇੱਕ ਨੌਜਵਾਨ ਪੂਰੇ ਸਮਾਜ ਤੋਂ ਸਿੱਖ ਕੇ ਆਪਣੇ ਆਪ ਨੂੰ ਇੱਕ ਇੰਸਟਾਗ੍ਰam ਦੇ ਜਰੀਏ ਉਸ ਬੁਲੰਦੀ ਤੇ ਲੈ ਗਿਆ ਹੈ ਨਾਮ ਹੈ ਸੁਖਰਤੀਆ ਸੋਸ਼ਲ ਮੀਡੀਆ ਵਾਲੇ ਸਾਰੇ ਹੀ ਜਾਣਦੇ ਨੇ ਗੱਲਬਾਤ ਕਰਦੇ ਆਂ ਵੀ ਕਿੰਨਾ ਹਾਲਾਤਾਂ ਦੇ ਵਿੱਚੋਂ ਸੁਖਰਤੀਆ ਦੀ ਜ਼ਿੰਦਗੀ ਨਿਕਲੀ ਹੈ ਤੇ ਕਿਸ ਮੁਕਾਮ ਤੇ ਅੱਜ ਪਹੁੰਚਿਆ ਗੱਲਬਾਤ ਕਰਦੇ ਆਂ ਸਾਡੇ ਨਾਲ ਸੁਖਰਤੀਆ ਸਾਸੀ ਗੱਲ ਸਾਸੀ ਗੱਲ ਜੀ ਸਾਰਿਆਂ ਨੂੰ ਦਿਲੋਂ ਧੰਨਵਾਦ ਵੀਰ ਤੁਹਾਡਾ ਵੀ ਤੁਸੀਂ ਅੱਜ ਇੱਥੇ ਤੱਕ ਆਏ ਇੱਥੇ ਤੱਕ ਮੈਨੂੰ ਸਮਝਿਆ ਵੀ ਇਸ ਲਾਇਕ ਲਵਜੂ ਸਾਰਿਆਂ ਨੂੰ ਪਿਆਰ ਭਰਿਆ ਤੇ ਸੁਖ ਸਭ ਤੋਂ ਪਹਿਲਾ ਸਵਾਲ ਵੀ ਇੰਸਟਾ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿਉਂਕਿ ਲਗਾਤਾਰ ਇੰਸਟਾ ਤੇ ਵੀਡੀਓ ਵਾਇਰਲ ਹੋ ਰਹੀ ਹੈ ਹਾਂਜੀ ਇੰਸਟਾ ਦੀ ਸ਼ੁਰੂਆਤ ਵੀਰੇ ਇਸ ਇੱਕ ਐਸੀ ਝਲਕਾਈ ਸਾਹਮਣੇ ਵੀ ਜਿਹੜੇ ਮੈਨੂੰ ਪਿਆਰ ਦਿੱਤਾ ਵੀ ਇੰਨਾ ਜੋਗਾ ਸਮਝਿਆ ਵੀ ਇੱਥੋਂ ਤੱਕ ਲੈ ਕੇ ਆਏ ਵੀ ਬਸ ਝਲਕੇ ਜਿਵੇਂ ਲਾ ਲਓ ਵੀ ਟੈਟੂ ਦੇ ਥਰੂ ਵੀ ਬਸ ਵਾਇਰਲ ਹੋਇਆ ਬਸ ਉਹੀ ਗੱਲ ਬਾਤ ਅੱਛਾ ਸੁਖ ਫੈਮਿਲੀ ਚ ਕੌਣ ਕੌਣ ਹੈ ਤੇ ਇਹ じゃ ਕੀ ਦੇਖ ਲਿਆ ਵੀ ਆ ਟੈਟੂ ਵੱਖੋ ਵੱਖਰੇ ਬਣਾਏ ਨੇ ਤੇ ਕੀ ਇਹਨਾਂ ਦਾ ਮਕਸਦ ਕੀ ਹੈ ਫੈਮਿਲੀ ਚ ਮੰਮਾ ਨੇ ਪਾਪਾ ਤੇ ਮੇਰੇ ਤੋਂ ਵੱਡੇ ਮੇਰੇ ਸਿਸਟਰ ਨੇ ਤੇ ਮੈਂ ਅਸੀਂ ਚਾਰ ਮੈਂਬਰਾਂ ਬਾਕੀ ਫੈਮਿਲੀ ਤਾਂ ਕਹੀ ਜਾਵੇ ਬਹੁਤ ਵੱਡੀ ਆ ਵੀ ਚਾਚੇ ਹੁਣੀ ਤਾਏ ਹੁਣੀ ਦਾਦੇ ਹੁਣੀ ਸਾਰੇ ਜਿਵੇਂ ਆਪਾਂ ਸ਼ਹਿਰ ਚ ਆ ਗਏ ਦਿੱਤੀਏ ਪਿੰਡ ਰਹਿੰਦੇ ਆ ਪਹਿਲੀ ਉੱਥੇ ਠੇਕੇ ਤੇ ਪਿੰਡ ਤੇ ਟੈਟੂ ਦਾ ਰੀਜ਼ਨ ਬਸ ਸ਼ੌਂਕ ਜਿਵੇਂ ਬਾਹਰ ਦੇਖ-ਦੇਖ ਕੇ ਜਿਵੇਂ ਆਪਾਂ ਦੇਖਦੇ ਹਾਂ YouTube ਤੇ ਅਕਸਰ ਮੂਵੀਆਂ ਚ ਜਾਂ ਜ਼ਿਆਦਾਤਰ ਮੈਂ ਉਹ ਚੀਜ਼ ਵੇਂਦਾ ਸੀਗਾ ਆਪਣੀ ਮੂਵੀ ਦੂਜੀ ਹਾਲੀਵੁੱਡ ਉਹ ਚੀਜ਼ ਟੈਟੂ ਜਿਵੇਂ ਉਹ ਗਰੇਸ ਤੋਂ ਬਜਾ ਅੱਡ ਜੇ ਲੱਗਣ ਉਹ ਚੀਜ਼ ਦੇਖਦਾ ਹਾਂ ਉਸ ਤੋਂ ਬਾਅਦ ਥੋੜਾ ਥੋੜਾ ਜਿਹਾ ਸ਼ੌਂਕ ਜਿਹਾ ਉੱਠਿਆ ਵੀ ਆਪਾਂ ਐਂ ਨਹੀਂ ਕਹਿੰਦੇ ਵੀ ਕਿਸੇ ਵਾਸਤੇ ਬਣਾਏ ਜਾਂ ਆਪ ਦੇ ਵਾਸਤੇ ਸ਼ੌਂਕ ਸੀਗਾ ਬਣਾਈਗੇ ਬਣਾਈਗੇ ਸੋਖੋ ਉਮਰ ਕਿੰਨੀ ਐ ਤੇ ਕਦੋਂ ਸ਼ੁਰੂ ਕੀਤਾ ਇਹ ਉਮਰ ਮੇਰੀ 21 ਬਾਈ ਜੀ ਉਮਰ 21 ਆ ਸ਼ੁਰੂ ਬਸ ਚੱਲਦਾ ਜਾ ਰਿਹਾ ਹੌਲੀ ਹੌਲੀ ਸ਼ੁਰੂ ਤਾਂ ਐਂ ਨਹੀਂ ਪਤਾ ਵੀ ਨਾ ਆਪਾਂ ਸ਼ੁਰੂ ਦਾ ਪਤਾ ਵੀ ਕਦੋਂ ਕੀਤਾ ਨਾ ਆਪਾਂ ਨੂੰ ਪਤਾ ਵੀ ਆਪਾਂ ਕਿੱਥੇ ਖੜਨਾ ਮਾਲਕ ਨੇ ਜਿੱਥੇ ਖਿਲਾਰ ਦੂਗਾ ਉਹਦੇ ਸੱਤ ਬਚਨ ਨੇ ਜਿੱਥੇ ਖਿਲਾਰ ਦ ਖੜ ਜਾਗੇ ਜਿੱਥੋਂ ਉਹਨੇ ਸ਼ੁਰੂ ਕਰਾਤਾ ਉਹਦੇ ਅਰਗੇ ਰੀਸ ਨਹੀਂ ਲਗਾਤਾਰ ਸੋਸ਼ਲ ਮੀਡੀਆ ਤੇ ਟੈਟੂ ਦਾ ਜੇਕਰ ਹੁੰਦਾ ਹੈ ਟੈਟੂ ਜਿਹੜੇ ਬਣਵਾਏ ਨੇ ਕਿਹੜੇ-ਕਿਹੜੇ ਟੈਟੂ ਨੇ ਮਕਸਦ ਕੀ ਹੈ ਉਹਨਾਂ ਦਾ ਮਹੱਤਵ ਕੀ ਹੈ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਹਰ ਇੱਕ ਟੈਟੂ ਜਿਹੜਾ ਇੱਕ ਆਈਡਲ ਸਮਝ ਕੇ ਬਣਵਾਇਆ ਹੈ ਤੇ ਮਤਲਬ ਹੈ ਉਹਦਾ ਕੁਝ ਕਿਉਂਕਿ ਕੁਝ ਲੋਕ ਜਿਹੜਾ ਟੈਟੂ ਬਣਵਾਤਾ ਲੈਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਟੈਟੂ ਬਣਾਇਆ ਕਿਸ ਮਕ ਮਾਮਾ ਜੀ ਦੀ ਫੋਟੋ ਨੇ ਇੱਧਰ ਵੀ ਇੰਨਾ ਕੋ ਮੈਂ ਛੋਟਾ ਹੋਣ ਦਾ ਰਿਆ ਵੀ ਉਹਨਾਂ ਮੈਂ ਕਹਿ ਸਕਦੇ ਵੀ ਮੇਰੇ ਫਾਦਰ ਸਾਹਿਬ ਨੇ ਨਹੀਂ ਕੀਤਾ ਹੋਣਾ ਮੇਰਾ ਜਿੰਨਾ ਮਾਮਾ ਜੀ ਨੇ ਕੀਤਾ ਮੈਨੂੰ ਹਿੱਕ ਨਾਲ ਲਾ ਕੇ ਰੱਖਿਆ ਇਹਨਾਂ ਦੀ ਆ ਇੱਧਰ ਨਾਲ ਭਗਤ ਸਿੰਘ ਨੇ ਵੀ ਉਹ ਸੋਚ ਜਿਹੜੀ ਕਿਤੇ ਨਾ ਕਿਤੇ ਵੀ ਆ ਚਲੋ ਆਪਾਂ ਇਹਨਾਂ ਦੇ ਇਸ ਲਾਈਕ ਹੈ ਤਾਂ ਹੈ ਨਹੀਂਗੇ ਵੀ ਥੋੜੀ ਫੋਲੋ ਕਰਦੇ ਆ ਇਹਨਾਂ ਨੂੰ ਉੱਪਰ ਵੀ ਡਿਜ਼ਾਈਨ ਜਿਵੇਂ ਬਿੰਦੀਆਂ ਆ ਗਈਆਂ ਉਹ ਚੀਜ਼ ਆ ਗਈ ਤੇ ਇੱਧਰ ਮਾਤਾ ਜੀ ਦਾ ਨਾਮ ਆ ਗਿਆ ਇੱਧਰ 35 ਅਖਰੀ ਪੰਜਾਬੀ ਉੜਾੜ ਆ ਗਿਆ ਸਾਰਾ ਆ ਗਿਆ ਤੇ ਇੱਧਰ ਅਲੌਨ ਤੇ ਇੱਧਰ ਬੁਲਫ ਜਿਵੇਂ ਪੇੜੀ ਝੁੰਡ ਚ ਰਹਿੰਦੇ ਪਰਿਵਾਰ ਚ ਰਹਿੰਦੇ ਉਹ ਚੀਜ਼ ਆ ਗਈ। ਸੱਪ ਦੀ ਗੱਲ ਛੇੜੋ ਜੇ ਅਕਸਰ ਕਹਿੰਦੇ ਬਾਈ ਤੂੰ ਸੱਪਾਂ ਅੱਡ ਜਾ ਬਣਾਇਆ ਹੋਇਆ। ਸੱਪ ਜਿਹੜੇ ਵੀ ਆਏ ਲਾ ਲੋ ਵੀ ਨਾਲ ਬਹਿ ਕੇ ਨਾਲ ਖੜ੍ਹ ਕੇ ਖਾ ਕੇ ਗਲ ਨੂੰ ਆਉਂਦੇ ਸੱਪ ਹੀ ਨੇ। ਜਿਹੜੇ ਕਲਰ ਨੂੰ ਹੱਥ ਪੈ ਗਿਆ ਉਹ ਸੱਪ ਹੀ ਆ। ਇਨੀ ਛੋਟੀ ਉਮਰ ਚ ਸੱਚ ਦਾ ਪਤਾ ਲੱਗਣਾ ਤੇ ਉਹ ਜਿਹੜੀ ਸੱਪ ਵਾਲੀ ਗੱਲ ਹੈ ਵੀ ਲੋਕਾਂ ਦੇ ਅਸਲ ਸੱਚ ਦਾ ਪਤਾ ਲੱਗਣਾ ਇਹ ਇਹਦੇ ਪਿੱਛੇ ਕਾਰਨ ਕੀ ਹੈ? ਕਾਰਨ ਜਿਵੇਂ ਜਿਵੇਂ ਕਹਿੰਦੇ ਨਾ ਸਿਰ ਚ ਜੁੱਤੀਆਂ ਪੈਂਦੀ ਜਾਂਦੀਆਂ ਸਿਆਣਾ ਹੁੰਦਾ ਜਾਂਦਾ ਉਹ ਗੱਲ ਆ। ਪੈਂਦੀਆਂ ਗਈਆਂ ਸਿਆਣੇ ਹੁੰਦੇ ਗਏ ਇੱਥੋਂ ਤੱਕ ਖੜੇ ਆ ਅੱਜ ਬਾਈ ਜੀ ਮੈਂ ਜੁੱਤੀਆਂ ਕਰਕੇ ਖੜੇ ਆ ਧੰਨਵਾਦ ਉਹ ਜੁੱਤੀਆਂ ਦਾ ਜਿਹੜੀਆਂ ਸਿਰ 'ਚ ਪਈਆਂ ਕੋਈ ਇਹੋ ਜਿਹਾ ਹਾਸਾ ਵਾਪਰਿਆ ਹੋਵੇ ਜਿਹਦੇ ਪਤਾ ਲੱਗਿਆ ਹੋਵੇ ਵੀ ਸਮਾਜ ਕੀ ਅਸਲੀ ਚਿਹਰਾ ਕੀ ਹੈ ਹਾਸੇ ਅਕਸਰ ਵਾਪਰਦੇ ਰਹਿੰਦੇ ਆ ਬਾਬਾ ਜੀ ਹਾਸੇ ਕਹੀਏ ਕੋਈ ਜਿਹੜੇ ਨਾਲ ਬਹਿ ਕੇ ਖਾ ਕੇ ਭੱਜ ਜਾਂਦੇ ਆ ਕਿਤੇ ਆਪਾਂ ਖੜੀਏ ਭੱਜ ਜਾਂਦੇ ਆ ਕਿਤੇ ਕਿਸੇ ਦੀ ਪਿੱਠ ਪੂਰੀਏ ਉਹ ਆਪਣੇ ਕਿਤੇ ਪੁਰਾਣੇ ਟਾਈਮੋਂ ਦਾ ਉਦੋਂ ਭੱਜ ਜਾਂਦੇ ਆ ਬਸ ਹਾਸੇ ਆਹੀ ਆ ਕਿਤੇ ਕਿਦੇ ਨਾਲ ਕਿਦੇ ਵੀ ਆਪਾਂ ਇਸੇ ਦਾ ਕੀਤਾ ਹੁੰਦਾ ਜਦੋਂ ਬੰਦਾ ਆਪਣਾ ਕਿਤੇ ਨਾ ਕਿਤੇ ਨਹੀਂ ਕਰਦਾ ਨਾ ਉਦੋਂ ਥੋੜਾ ਜਿਹਾ ਫੀਲ ਹੁੰਦਾ ਵੀ ਚੱਲ ਕੋਈ ਨਾ ਫਿਰ ਵੀ ਕਈ ਦਾ ਮਾਲਕ ਰਾਜ਼ੇ ਰੱਖੇ ਅੱਛਾ ਇਹ ਜਿਹੜੇ ਟੈਟੂ ਬਣਵਾਏ ਆ ਤੁਸੀਂ ਦੱਸਿਆ ਵੀ ਆ 35 ਅਖਰੀ ਹਾਂਜੀ ਪਰਿਵਾਰ ਰਹਿੰਦਾ ਰਤੀ ਹੈ ਹਰਿਆਣੇ ਦੇ ਵਿੱਚ ਤੇ ਪੰਜਾਬੀ ਨਾਲ ਪੰਜਾਬੀ ਚ ਆਏ ਵੀ ਆਪਣੇ ਮੰਮੀ ਜੀ ਵੀ ਹਰਿਆਣੇ ਦੀ ਨੇ ਇੱਥੇ ਸ਼ੱਕਰਪੁਰੇ ਤੇ ਜਿਹੜੇ ਮੇਰੇ ਫਾਦਰ ਸਾਹਿਬ ਨੇ ਪਿੱਛੇ ਮੇਰੇ ਪਰਦਾਦਾ ਜੀ ਉਹ ਉੱਥੇ ਲਾਹੌਰ ਤੋਂ ਆਏ ਹੋਏ ਪਾਕਿਸਤਾਨ ਤੋਂ ਅੱਛਾ ਤੇ ਉਹਨਾਂ ਦੀ ਬਸ ਵੀ ਸੋਚ ਆ ਇੱਕ ਮੈਂ ਨਾਲ ਵੀ پروਗੇ ਰੱਖੀ ਹੋਈ ਹੈ ਵੀ ਕਿਤੇ ਚਲੋ ਕਹਿੰਦੇ ਮੈਨੂੰ ਵੀ ਹਰਿਆਣੇ ਤੋਂ ਬੋਲਦੇ ਹੋ ਤੁਸੀਂ ਪੰਜਾਬੀ ਬੋਲਦੇ ਹੋ ਵੀ ਅਸੀਂ ਪਿੱਛੇ ਪਾਉ ਆ ਪੰਜਾਬੀ ਬੋਲਦੇ ਮੱਝਾਲੇ ਪਾਉ ਹੀ ਆ ਉਹ ਚੀਜ਼ ਬਸ ਉਹ ਕਰਕੇ ਵੀ 35 ਅਖਰੀ ਨਾਲ ਰੱਖੀ ਹੋਈ ਹੈ ਵੀ ਜਿਹੜਾ ਅੱਜ ਦੇ ਟਾਈਮ 'ਚ ਕਹੀ ਹੁੰਦਾ ਵੀ ਅੱਡ ਅੱਡ ਬਣਾ ਲਿਆ ਉਹ ਚੀਜ਼ ਬਣਾ ਲਈ ਕਿਉਂਕਿ ਮੈਂ ਵੀ ਉਹ ਚੀਜ਼ ਨੂੰ ਆਪਦੇ ਨਾਲ ਵੀ ਡਿਜ਼ਾਈਨਿੰਗ 'ਚ ਰੱਖਾਂ 35 ਅਖਰੀ ਨੂੰ ਸੋਸ਼ਲ ਮੀਡੀਆ ਜਰੀਏ ਲੋਕਾਂ ਨੂੰ ਕੀ ਸਮਝਾਉਣਾ ਚਾਹੁੰਦੇ ਲੋਕਾਂ ਨੂੰ ਕੀ ਸੇ ਦੇ ਰਹੇ ਹੋ ਜਿਹੜੀਆਂ ਤੁਸੀਂ ਰੀਲਸ ਕਰਦੇ ਹੋ ਟੈਟੂ ਬਣਵਾਏ ਆ ਵੱਖੋ ਵੱਖਰੇ ਘਰੇ ਨਹੀਂ ਕੋਈ ਲੜ ਕਰੇ ਮੈਂ ਤਾਂ ਇਹੀ ਕਹਿੰਦਾ ਲੋਕਾਂ ਨੂੰ ਮੇਰੇ ਭਰਾ ਜਿਹੜੇ ਬਣਾਉਂਦੇ ਆ ਵੇਖ ਕੇ ਕਿੇ ਪਿੱਛੇ ਨਾ ਲੱਗੋ ਨਾ ਮੇਰੇ ਪਿੱਛੇ ਲੱਗੋ ਆਪ ਦਾ ਦੇਖੋ ਭਰਾ ਉਹ ਮੈਨੂੰ ਹੀ ਬਹੁਤ ਜੁੱਤੀਆਂ ਪਈਆਂ ਮੇਰੇ ਪਿੱਛੇ ਲਾ ਕੇ ਖਾਣਾ ਲੈ ਆ ਤੇ ਟੈਟੂ ਆ ਬ੍ਰਦਰ ਬਸ ਇਹ ਤਾਂ ਆਏ ਦਿੰਨੇ ਆ ਵੀ ਆਪ ਦਾ ਵੀਰੇ ਸੋਹਣਾ ਕੰਮ ਕਰੋ ਕਿਉਂ ਕੰਮ ਹਰੇਕ ਮੈਂ ਨਹੀਂ ਕਹਿੰਦਾ ਵੀ ਮੈਂ ਸਿਆਣਾ ਬਣਦਾ ਹਰੇਕ ਕਰਕੇ ਦੇਖਿਆ ਹੋਇਆ ਤੇ ਹਰੇਕ ਕਹਿੰਦੇ ਕਰਨਾ ਵੀ ਚਾਹੀਦਾ ਜਦੋਂ ਤੱਕ ਬੰਦੇ ਨੂੰ ਮਤ ਨਹੀਂ ਹੋਈਏ ਤੱਕ ਉਹ ਕੰਮ 'ਚ ਪੈਰ ਨਾ ਬੜੇ ਸਮਝੋ ਬੰਦਾ ਉਹ ਤੱਕ ਸਮੇਧਰ ਨਹੀਂ ਹੁੰਦਾ ਤੇ ਪਰ ਕਰੋ ਉਹ ਕੰਮ ਜਿਹੜਾ ਆਪਦੇ ਮਾਪਿਆਂ ਨੂੰ ਚੰਗਾ ਲੱਗੇ ਜੇ ਉਹ ਕਵੇ ਤਕਰੋ ਨਹੀਂ ਤਿੰਨਾ ਬਸ اچھا ਸੁਖਨੇ ਉਹ ਕੰਮ ਕੀਤੇ ਨਹੀਂ ਫਿਰ ਜਿਹੜੇ ਮਾਤਾ ਪਿਤਾ ਨੇ ਰੋਕੇ ਨੇ ਉਹ ਕੀਤੇ ਆ ਕੀਤੇ ਆ ਬਾਈ ਜੀ اچھا ਮੈਂ ਤਾਂ ਇਹ ਨਹੀਂ ਕਹਿੰਦਾ ਵੀ ਮੈਂ ਦੁੱਧਾ ਤੋਤਾ ਕੀਤੇ ਆ ਜਰੂਰ ਜੇ ਤੋ ਲਾ ਲੋ ਵੀ ਕਿ ਬਾਹਰ ਅੰਦਰ ਜਾਣਾ ਲੜਾਈ ਲੱਪੇ ਜਾਂ ਕੁਛ ਹੋਰ ਤੇ ਕੀਤੇ ਆ ਬੱ ਲੜੋ ਲੜਾਈਆਂ ਫालतू ਫਿਰਨਾ ਅੱਧੀ ਅੱਧੀ ਰਾਤ ਨੂੰ ਘਰੇ ਆਉਣਾ ਜਾਂ ਕਿਤੇ ਹੋਰ ਬੈਣਾ ਉੱਠਣਾ ਮਹਿਫਲਾਂ 'ਚ ਬਹੁਤ ਕੀਤੇ ਆ ਪਰ ਜਦੋਂ ਮਹਿਫਲਾਂ 'ਚੋਂ ਹੀ ਨਿਕਲਦੇ ਆਉਂਦੇ ਖੁੱਡਾਂ 'ਚ ਪਤਾ ਲੱਗਦਾ ਵੀ ਇਹ ਸਾੜੇ ਸਾਪ ਹੀ ਨੇ ਚੱਲ ਵੀ ਭਰਾਵਾ ਕਰੇ ਲੜਾਈ ਲਪਿਆਂ ਚ ਵੀ ਜਦੋਂ ਅਗਲੇ ਆਉਂਦੇ ਅੱਗੇ ਆਉਂਦੇ ਦੇਖ ਕੇ ਨਾਲ ਦੇ ਭੱਜ ਜਾਂਦੇ ਆ ਖੜ ਖੜ ਕੱਲੇ ਖੜ ਕੇ ਦੇਖਣਾ ਪੈਂਦਾ ਵੀ ਆ ਜੋ ਕੋਈ ਨਾ ਭਰਾਵਾ ਖੜੇ ਆ ਉਦੋਂ ਉਹ ਚੀਜ਼ ਫੀਲ ਹੁੰਦੀ ਆ ਕਦੇ ਭੁਗਤਿਆ ਉਹ ਚੀਜ਼ਾਂ ਕਦੇ ਭੁਗਤੀਆਂ ਬਾਈ ਜੀ ਬਹੁਤ ਵਾਰੀ ਭੁਗਤੀਆਂ ਅੱਛਾ ਅਕਸਰ ਭੁਗਤੀਆਂ ਵੀ ਕਿਤੇ ਰੋਲਾ ਹੋ ਗਿਆ ਇੱਕ ਪੁਰਾਣੀ ਗੱਲ ਹਜ਼ਾਰ ਮਿੱਤਰ ਦਾ ਤੇ ਗਏ ਤੇ ਰੋਲੇ ਚ ਅੱਗੇ ਰੋਲੇ ਚ ਹੋ ਗਿਆ ਜਿਵੇਂ ਕੋਈ ਮੈਟਰ ਸੀਗਾ ਤੇ ਖੜੇ ਨਾਲ ਦੇ ਹੀਗੇ ਅੱਗੋਂ ਕਿਤੇ ਹੋਣੇ ਅਗਲੇ ਤਿੰਨ ਚਾਰ ਜਾਣੇ ਵਾਧ ਹੀ ਹੋਣੇ ਹੂੰ ਆ ਗਏ ਤੇ ਨਾਲ ਦੇ ਉਹ ਦੇਖਿਆ ਕਹਿੰਦੇ ਵੀ ਸੁੱਖ ਵੱਧ ਨੇ ਮੈਂ ਭਰਾਵਾ ਖੜੇ ਹਾਂ ਜਿਹਾ ਭੱਜੇ ਬੇਜਤੀ ਆ ਤੇ ਖੜੇ ਉਹ ਗੱਲ ਆ ਵੀ ਜਦੋਂ ਅਗਲੇ ਜਦੋਂ ਆ ਗਏ ਨੰਗੀਆਂ ਕੱਢ ਕੇ ਤੇ ਨਾਲ ਦੇ ਖੜੇ ਖੜੇ ਟੱਪ ਕੇ ਇਕੱਲਾ ਖੜਾ ਰਿਆ ਹੁਣ ਹੋਰ ਕੀ ਕਹਣਾ ਹੈ ਭਰਾਵਾ ਕੁੱਟ ਲੋਕਾ ਖੜਾ ਉਹ ਵੀ ਕਹਿੰਦਾ ਛੱਡ ਭਰਾਵਾ ਤੂੰ ਜਾ ਨਾਲ ਦੇ ਵਿੱਚ ਲੱਗੇ ਅੱਛਾ ਇਹ ਚੀਜ਼ਾਂ ਕਿਤੇ ਮੈਂ ਕਹਿੰਦਾ ਵੀ ਇਹ ਤਾਂ ਬਈ ਊਸੂਲ ਆ ਜੇ ਅੱਜ ਮੈਂ ਕਹਿੰਦਾ ਵੀ ਮੈਂ ਬਈ ਕਿਸੇ ਨੂੰ ਕੁੱਟ ਕੇ ਸ਼ੇਰ ਬਣਨਾ ਕੁੱਟ ਖਾਣੀ ਵੀ ਪਊ ਵੀਰੇ ਫੇਰ ਸ਼ੇਰ ਬਣਿਆ ਜਾਂਦਾ ਅੱਛਾ ਉਹ ਉਹਦੇ ਨਾਲ ਕੋਈ ਨਤੀਜਾ ਜੀ ਲੜਾਈਆਂ ਦੀ ਗੱਲ ਕਰਦੇ ਜਿਵੇਂ ਘਰ ਦੇ ਰੋਕਦੇ ਸੀ ਕੋਈ ਨਤੀਜਾ ਨਿਕਲਿਆ ਨਤੀਜਾ ਬਸ ਕੰਨਾਂ ਨੂੰ ਹੱਥ ਲੱਗ ਗਏ ਨਤੀਜਾ ਨਤੀਜਾ ਵੀ ਨਾ ਕਿਸੇ ਪਿੱਛੇ ਜਾਣਾ ਨਾ ਆਉਣਾ ਆਪਦਾ ਰੋਟੀ ਖਾਈ ਜੰਨੇ ਆ ਸੋਣੀ ਮਿਲ ਜਾਂਦੀ ਏ ਜੇ ਆਪਾਂ ਸੋਣੀ ਰੋਟੀ ਨੂੰ ਵੀ ਲੱਤ ਮਾਰਾਂਗੇ ਫੇਰ ਤਾਂ ਆਪਦਾ ਬਾਹਰੀ ਨਤੀਜੇ ਭੁਗਤਾਂਗੇ ਅੱਛਾ ਸੁਖ ਟੈਟੂ ਬਾਡੀ ਦੇ ਉੱਪਰ ਬਣਦੇ ਆ ਫੇਸ ਤੇ ਬਣਵਾਉਣ ਦਾ ਇਹਦੇ ਪਿੱਛੇ ਕੀ ਕਾਰਨ ਹੈ ਜਿਹੜਾ ਤੁਸੀਂ ਇਹ ਬਣਵਾਈ ਹੈ ਇਹਦਾ ਕੀ ਕਾਰਨ ਬਸ ਕੋਸ਼ਤਾ ਯਾਰੋ ਮਿੱਤਰਾਂ ਨੂੰ ਸਲਾਮਾਂ ਨਾਲ ਕੁਛ ਐਹੋ ਜਿਹੇ ਹਾਦਸੇ ਸੀਗੇ ਜਿਹੜੇ ਵੀ ਆਪਾਂ ਉਚਾਈ 'ਉਨੂੰ ਕਿ ਸੋਚ ਸਕਦੇ ਆ ਵੀ ਉਹ ਚੀਜ਼ ਆਪਾਂ ਨੂੰ ਬਸ ਦਿਖਦੀ ਰਵੇ ਅੱਗੇ ਤੋਂ ਗਾਂ ਕਿਤੇ ਖੱਡੇ 'ਚ ਪੈਰ ਮਾਰਨ ਨਾਲੋਂ ਚੰਗਾ ਖੱਡਾ ਟੱਪ ਕੇ ਚੱਲ ਜਾਈਏ ਇਹ ਐਹੋ ਜਿਹੇ ਕਿਹੜਾ ਖੱਡਾ ਸੀ ਜਿਹੜਾ ਮੂੰਹ ਤੇ ਬਣਵਾਉਣਾ ਪੈ ਗਿਆ ਯਾਦ ਲਈ ਖੱਡਾ ਬਾਬਾ ਤਗੜਾ ਹੀ ਡੂੰਘਾ ਹੀ ਕਹਿ ਸਕਦੇ ਆ ਅੱਛਾ ਬਸ ਹੁੰਦੇ ਰਹਿੰਦੇ ਆਏ ਵਾਕਏ ਬਸ ਛੋਟੇ-ਮੋਟੇ ਤਾਂ ਇੰਨਾ ਕੁ ਉਹ ਚੀਜ਼ ਨੂੰ ਫਿਰ ਮੈਨਾ ਜਿਵੇਂ ਆ ਹੰਕਾਰੀ ਹੋ ਗਿਆ ਮਤਲਬੀ ਹੋ ਗਿਆ ਉਹ ਚੀਜ਼ਾਂ ਨੂੰ ਰੱਖਿਆ ਸਾਂ ਕਿ ਜਿਵੇਂ-ਜਿਵੇਂ ਥੋਟ ਵਜਦੇ ਆ ਵੀ ਉਹ ਚੀਜ਼ ਅਗਲੇ ਕਹਿੰਦੇ ਆ ਬਈ ਤੂੰ ਆਕੜ ਖੋਰਾ ਹੰਕਾਰੀ ਆ ਮਤਲਬੀ ਆ ਹੈਗਾ ਬਈ ਕੋਈ ਟੈਟੂ ਨੂੰ ਦੇਖ ਕੇ ਕਹਿੰਦੇ ਨੇ ਫੁਕਰਾ ਵੀ ਹੈ ਬਈ ਇਹ ਹਾਂ ਬਸ ਉਹ ਵੀ ਥੋੜੇ ਟਾਈਮ ਤੱਕ ਲਿਖਾਈ ਲੈਣਾ ਅੱਛਾ ਉਹ ਵੀ ਲਿਖਾ ਲੈਣਾ ਹਾਂ ਜੋ ਵੀ ਲਿਖਾਈ ਲੈਣਾ ਅੱਛਾ ਇਹ ਇਹਦੇ ਨਾਲ ਸਮਝਾ ਕੀ ਰਹੇ ਹੋ ਆਪਣੇ ਆਪ ਨੂੰ ਜਿਹੜੇ ਟੈਟੂ ਬਣਾਏ ਆ ਉਹਨਾਂ ਨੂੰ ਫਿਰ ਕਿਵੇਂ ਤਸੱਲੀ ਦੇਣੇ ਹੋ ਮੈਂ ਤਸੱਲੀ ਬਸ ਆਪਦੇ ਆਪ ਨੂੰ ਗੁੱਡ ਫੀਲ ਹੋਣਾ ਚ ਵਧੀਆ ਗੁੱਡ ਫੀਲ ਆ ਆਪਾਂ ਨੂੰ ਵਧੀਆ ਆ ਵੀ ਸਾਡੇ ਆਪਾਂ ਕਿਸੇ ਤੋਂ ਕੀ ਲੈਣਾ ਲੋਕੀ ਦੁਨੀਆ ਦੇ ਦੋ ਪਾਸੇ ਤੰਦੇ ਆ ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦਾ ਜੇ ਆਪਾਂ ਇਧਰੋਂ ਚੱਲਾਂਗੇ ਇਧਰੋਂ ਹੀ ਵਜੂ ਉਧਰੋਂ ਚੱਲਾਂਗੇ ਉਧਰੋਂ ਹੀ ਵਜੂ ਚੰਗਾ ਕਰਾਂਗੇ ਤਾਂ ਵੀ ਕਹਿਣਗੇ ਵੀ ਇਹ ਤਾਂ ਸਾਡਾ ਚੰਗਾ ਕਰਦਾ ਪਿਆ ਪਤਾ ਨਹੀਂ ਕੀ ਗੱਲ ਆ ਕਿੰਨਾ ਕਾ ਜੇ ਮਾੜਾ ਕਰਾਂਗੇ ਉਹ ਵੀ ਉਧਰ ਹੀ ਕਹਿਣਾ ਮਾੜਾ ਹੀ ਆ ਇਹ ਤਾਂ ਜੇ ਚੰਗਾ ਕਰਦੇ ਆ ਪਤਾ ਨਹੀਂ ਕਹਿ ਦਿੰਦੇ ਵੀ ਸਾਡਾ ਬਲਾਇਆ ਕਰਦਾ ਪਿਆ ਪਤਾ ਨਹੀਂ ਕੀ ਕਰਦਾ ਪਿਆ ਵੀ ਤਾਂ ਤਾਂ ਹੋਈ ਜਾਂਦਾ ਦਿਨੋਂ ਦਿਨ ਤੇ ਆ ਆਪਾਂ ਨੂੰ ਬਸ ਆਇਆ ਵੀ ਟੈਟੂ ਕਰਾਈ ਜਾਂਦੇ ਆ ਸ਼ੌਂਕੀਆਂ ਸਵਾਦ ਆਈ ਜਾਂਦਾ ਚੱਲਦੀ ਮਸ਼ੀਨ ਦੀ ਸਵਾਦ ਆਉਂ ਕਿੰਦੇ ਬਸ ਐਂ ਮਾਲਕ ਸੁੱਖ ਰੱਖਿਆ ਕਰਾਉਂਦੇ ਕਰਾਉਂਦੇ ਟੱਪ ਟੁੱਪ ਜਾਵਾਂਗੀ ਅੱਛਾ ਸੁੱਖ ਸੁੱਖ ਦਾ ਏਮ ਕੀ ਹੈ ਟੀਚਾ ਕੀ ਮਥੇ ਇੱਕ ਟੈਟੂ ਬਣਾਉਣ ਤੋਂ ਬਾਅਦ ਪਹਿਲਾਂ ਪਤਾ ਸੀ ਵੀ ਇੰਨੀਆਂ ਰੀਲਸ ਵਾਇਰਲ ਹੋਣਗੀਆਂ ਕੋਈ ਆਫਰ ਕਿਸੇ ਸੌਂਗ ਦਾ ਜਾਂ ਕੀ ਕਰ ਰਹੇ ਹੁਣ ਟੀਚਾ ਟੀਚਾ ਬਸ ਵੀਰੇ ਹੁਣ ਟੀਚਾ ਹੀ ਅੱਗੇ ਐ ਵੀ ਮਾਲਕ ਹੱਥ ਫੜੀ ਜਾਂਦਾ ਅੱਗੇ ਅੱਗੇ ਲਈ ਜਾਂਦਾ ਟੀਚਾ ਫਿਲਹਾਲ ਦੇਖਿਆ ਜਾਵੇ ਤਾਂ ਬਸ ਇੱਕ ਸਵਾਦ ਲੈਣੇ ਆ ਆਇਦੇ ਟਾਈਮ 'ਚ ਵੀ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਹੀ ਟੀਚਾ ਸਵਾਦ ਲੈਣਾ ਸੀ ਵੀ ਵਧੀਆ ਅੱਗੇ ਅੱਗੇ ਚੱਲੀ ਜਾਂਦੇ ਆ ਮਹਾਰਾਜ ਨੇ ਬਾਹ ਫੜੀ ਹੋਈ ਆ ਤੇ ਜਦੋਂ ਟੈਟੂ ਤੋਂ ਪਹਿਲਾਂ ਟੀਚਾ ਸੀਗਾ ਆਰਮੀ 'ਚ ਜਾਂਦਾ ਅੱਛਾ ਆਰਮੀ ਦਾ ਸੋਚਿਆ ਸੀ ਵੀ ਆਰਮੀ 'ਚ ਜਾਵਾਂਗੇ ਵਧੀਆ ਆਪਾਂ ਵੀ ਕੁਝ ਕਰਾਂਗੇ ਤੇ ਉਹ ਸੋਚਿਆ ਸੀਗਾ ਉਹ ਵੀ ਕਿਤੇ ਨਾ ਕਿਤੇ ਨਾ ਮਹਾਰਾਜ ਨੂੰ ਮਜੂਰ ਹੋ ਉਹ ਵੀ ਕਿਤੇ ਨਾ ਕਿਤੇ ਪਰ ਤੀ ਦੇਖੇ ਨਹੀਂ ਗਈ ਰਹਿ ਗਈ ਅੱਧ 'ਚ ਹੀ ਤੇ ਉਸ ਤੋਂ ਬਾਅਦ ਟਰਾਈ ਕੀਤਾ ਇੱਕ ਦੋ ਸਰਕਾਰੀ ਹੋਰ ਦੇਖਿਆ ਵੀ ਹੱਥ ਪੱਲਾ ਵਾਜੇ ਤੇ ਕਿਤੇ ਨਾ ਕਿਤੇ ਉਹ ਵੀ ਅੜ ਗਿਆ ਕੰਮ ਉਸ ਤੋਂ ਬਾਅਦ ਤੇ ਡੂ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਵੇਖ ਕੇ ਜਾਂ ਕਿਵੇਂ ਕੀ ਆ ਬਸ ਸਵਾਦ ਨਾਲ ਬਣਾਇ ਤੇ ਚੱਲਦੇ ਗਏ ਹੁਣ ਮੈਨੂੰ ਨਹੀਂ ਪਤਾ ਸੀਗਾ ਵੀ ਇੰਨਾ ਅੱਗੇ ਆ ਜਾਾਂਗੇ ਆਪਾਂ ਕਿਸੇ ਨੇ ਫੋਨ ਕੀਤਾ ਉਸ ਤੋਂ ਬਾਅਦ ਕਿੰਨੇ ਕ ਫੋਨ ਆਏ ਕਿੰਨੇ ਕ ਮਤਲਬ ਗੀਤ ਕਰ ਚੁੱਕੇ ਹਾਂ ਸੌਂਗ ਵੀਰੇ ਅੱਗੇ ਅੱਗੇ ਬਸ ਪੈਂਡਿੰਗ ਨੇ ਜ਼ਰੂਰ ਕਰਾਂਗੇ ਆਪਣੇ ਵੱਡੇ ਭਾਈ ਨੇ ਬਾਗੀ ਭਾਈ ਉਹਨਾਂ ਦੇ ਨਾਲ-ਨਾਲ ਬਸ ਅੱਗੇ ਤੁਰ ਹੀ ਜਾਂਦੇ ਆ ਜਿਵੇਂ ਜਿਵੇਂ ਕੰਨ ਤੋਂ ਫੜ ਕੇ ਲਈ ਜਾਂਦੇ ਉਹਨਾਂ ਦੇ ਨਾਲ-ਨਾਲ ਤੁਰੇ ਜਾਂਦੇ ਆ ਅੱਗੇ ਅੱਗੇ ਉਹਨਾਂ ਨੂੰ ਦੇਖ ਕੇ ਸਿੱਖ ਰਹੇ ਆ ਵੀ ਕਿਵੇਂ ਇਸ ਲਾਈਨ 'ਚ ਆਉਣਾ ਸੋਚਿਆ ਸੀ ਗਾਣਿਆਂ 'ਚ ਮੌਕਾ ਮਿਲੂਗਾ ਕਦੇ ਜਮਾਈ ਨੇ ਸੋਚਿਆ ਸੀ ਜੀ ਕਦੇ ਨਹੀਂ ਕੁਛ ਐਹੋ ਜੀ ਚੀਜ਼ ਸੋਚੀ ਵੀ ਬਸ ਦੇਖਦੇ ਹੁੰਦੇ ਸੀ ਇੱਕ ਵੀ ਬਾਈ ਇਹ ਐ ਆ ਯਾਰ ਆਪਾਂ ਵੀ ਐਹੋ ਜੇ ਬਣਾਂਗੇ ਕਦੇ ਆਪਾਂ ਵੀ ਆਵਾਂਗੇ ਟੀਵੀ ਤੇ ਆਪਾਂ ਵੀ ਕਦੇ ਐ ਵਾਇਰਲ ਹੋਵਾਂਗੇ ਕੁਛ ਨਹੀਂ ਸੋਚਿਆ ਸੀ ਬਾਈ ਬਸ ਇੱਕ ਸਿੱਧੇ ਸਾਦੇ ਘਰ ਤੋਂ ਆ ਵੀ ਜਿਵੇਂ ਚਾਰ ਨਾਲ ਰੋਟੀ ਮਿਲ ਗਈ ਉਹ ਖਾ ਲਈ ਦਾਲ ਨਾਲ ਮਿਲ ਗਈ ਉਹ ਖਾ ਲਈ ਅੱਛਾ ਕਮਾਉਣ ਵਾਲਾ ਕੌਣਾ ਕਰਦੇ ਵਿੱਚ ਕੀ ਕਰਦੇ ਆ ਕਮੂਨ ਵਾਲੇ ਫਾਦਰ ਸਾਹਿਬ ਨੇ ਤੇ ਮੈਂ ਵੀ ਬਸ ਥੋੜਾ ਬੋਤਾ ਜਿੰਨਾ ਕੋ ਹੁੰਨਾ ਕੀ ਕਰਦੇ ਕੀ ਨੇ ਬਸ ਫਾਦਰ ਸਾਹਿਬ ਮੇਰੇ ਵੈਲਟਰ ਨੇ ਵਰਕਸ਼ਾਪ ਖੜਾ ਦੀ ਓਕੇ ਲੋਬੀ ਦਾ ਜਿਵੇਂ ਵੀਹ ਹਰ ਉਹ ਗਰਾਸਾਂ ਤੋਂ ਸੱਪੇ ਜੋ ਵੀ ਲੋਹੇ ਤੇ ਉਹ ਬਣਾਉਂਦੇ ਨੇ ਕਦੇ ਕਿਹਾ ਨਹੀਂ ਉਹਨਾਂ ਨੇ ਵੀ ਮੇਰੇ ਨਾਲ ਕੰਮ 'ਚ ਹੱਥ ਫੜਾ ਤੇ ਇੱਥੇ ਨਾ ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਉਹਨਾਂ ਦੇ ਡੈਡੀ ਨੇ ਬਸ ਇਹ ਕਿਹਾ ਵੀ ਜੋ ਮੈਂ ਕਰ ਰਿਹਾ ਹਾਂ ਉਹ ਤੂੰ ਨਹੀਂ ਕਰਨਾ ਅੱਛਾ ਵੀ ਗਰੀਸ 'ਚ ਹੱਥ ਮੈਂ ਮਾਰਦਾ ਡੈਡੀ ਨੇ ਕਿਹਾ ਵੀ ਗਰੀਸ 'ਚ ਹੱਥ ਮੈਂ ਮਾਰਦਾ ਤੂੰ ਨਹੀਂ ਮਾਰਨੇ ਅੱਛਾ ਆਪਦਾ ਬਾਹਰ ਦਾ ਦੇਖ ਬਾਹਰ ਅੰਦਰ ਜਾ ਆਪਦਾ ਬਸ ਐਂ ਕਿਹਾ ਡੈਡੀ ਨੇ ਪੜ੍ਹਾਈ ਕਰ ਵੀ ਜੇ ਨਹੀਂ ਹੁੰਦੀ ਆਪਦਾ ਘਰੇ ਬਹਿ ਜਾ ਸਵਾਦ ਲੈ ਅੱਛਾ ਬਸ ਪੜ੍ਹਿਆ ਕਿੰਨਾ ਸੁਖ ਪੜ੍ਹਿਆ ਪੜ੍ਹਾਈ ਵੀਰੇ ਪਲੱਸ 2 ਕੀਤੀ अच्छा उस तो बाद उस तो बाद ओ मालिक दा नाम <laughs> अच्छा ਛੱਡਣੀ ਕਿਉਂ ਪੈ ਗਈ ਪੜ੍ਹਾਈ ਲੜਾਈਆਂ ਕਰਕੇ ਨਹੀਂ ਨਹੀਂ ਲੜਾਈਆਂ ਕਰਕੇ ਵੀ ਨਹੀਂ ਤੇ ਬਸ ਉਹ ਇੱਕ ਜਿਵੇਂ ਪਲੱਸ 2 ਹੋ ਗਈ ਬਸ ਪੜ੍ਹਦੇ ਨਹੀਂ ਸੀਗੇ ਬਸ ਫਿਰਨਾ 10ਵੀਂ ਚ 10th ਚ ਸੀ ਇਧਰ ਉਧਰ ਫਿਰਲੇ 11ਵੀਂ ਚ ਫਿਰਲੇ ਤੇ ਪਲੱਸ 1 ਚ ਫਿਰਲੇ ਪਲੱਸ 2 ਚ ਫਿਰਲੇ ਤੇ ਬਾ ਘਰਦਿਆਂ ਨੇ ਵੀ ਕਿਹਾ ਭਰਾਵਾ ਹੱਥ ਜੋੜ ਕੇ ਘਰੇ ਬਹਿ ਜਾਣਾ ਬਹੁਤ ਫਿਰ ਲਿਆ اچھا ਹਰ ਇੱਕ ਇਨਸਾਨ ਦੇ ਕੁਝ ਸ਼ੌਂਕ ਹੁੰਦੇ ਨੇ ਟੈਟੂ ਤੋਂ ਇਲਾਵਾ ਹੋਰ ਵੀ ਕੀ ਚੀਜ਼ਾਂ ਪਸੰਦ ਨੇ ਕੀ ਹੌਬੀਜ਼ ਨੇ ਕੀ ਸ਼ੌਂਕ ਹੈ ਸ਼ੌਂਕ ਬਸ ਵੱਡੇ ਭਾਈ ਐ ਲਾ ਲਓ ਵੀ ਇੱਕ ਕੋੜਾ ਚਲਾ ਲਿਆ ਜਾਂ ਯਾਰਾ ਮਿੱਤਰਾਂ ਨਾਲ ਵਧੀਆ ਜਿਵੇਂ ਜਿਹਦੋਂ ਦਿਲ ਮਿਲਦਾ ਬਹਿ ਗਏ ਹੱਸ ਖੇਡ ਲੇ ਤੇ ਅੰਦਰਵਾਰ ਪਹਿਲਾਂ ਹਾਂ ਠੀਕ ਹੈ ਅੰਦਰਵਾਰ ਜਦੋਂ ਨਿਆਣਤ ਸੀ ਜਾਈਦਾ ਸੀਗਾ ਹੁਣ ਘਰੇ ਰਹਿਣਾ ਸ਼ੌਂਕ ਸਭ ਤੋਂ ਵੱਡਾ ਵੀ ਘਰੇ ਰਹਿਣਾ ਮਾਕੋੜ ਇਹ ਚੀਜ਼ ਦਾ ਸ਼ੌਕ ਆ ਵੀ ਕੁਛ ਨਹੀਂ ਨਾ ਕੋਈ ਮਾੜਾ ਕਹਿਣਾ ਨਾ ਕਿਸੇ ਨੂੰ ਚੰਗਾ ਕਹਿਣਾ ਸਵਾਦ ਲਓ ਅੱਛਾ ਬਸ ਇਹ ਸ਼ੌਂਕ ਆ ਵੀ ਆਪ ਦਾ ਜਿੰਨਾ ਵੀ ਆਪਾਂ ਕਰਦੇ ਆ ਕਰਾਉਣੇ ਆ ਆਪਦੇ ਤਲਾਈ ਜਾਂਦੇ ਆ ਅਨੀਮਲ ਰੱਖਿਆ ਘਰੇ ਐਨੀਮਲ ਨਾਲ ਇੰਨਾ ਪਿਆਰ ਕਿਵੇਂ ਪੈ ਗਿਆ ਐਨੀਮਲ ਉਹਨਾਂ ਨਾਲ ਜੀਵ ਲੱਗਦਾ ਰਹਿੰਦਾ ਇੱਕ ਕਿਉਂਕਿ ਐਨੀਮਲ ਤਾਂ ਰੱਖਿਆ ਹੁਣ ਉਹ ਆਪਾਂ ਨੂੰ ਧੋਖਾ ਨਹੀਂ ਦਿੰਦੇ ਦਗਾ ਨਹੀਂ ਕਰਦੇ ਆਪਣੇ ਨਾਲ ਅੱਛਾ ਉਹ ਆਪਾਂ ਨੂੰ ਪਿਆਰ ਕਰਦੇ ਆ ਹੁਣ ਰਾਤ ਨੂੰ ਮੈਂ ਮੇਰੇ ਡੌਗ ਨੇ ਮੈਂ ਸੌਣਾ ਮੇਰੇ ਨਾਲ ਸੌਣਾ ਇਹ ਕਿੱਧਰ ਹੁੰਦਾ ਇਹ ਕਿੱਧਰ ਹੁੰਦਾ ਜੱਫੀ ਪਾ ਕੇ ਸੌਣੇ ਆ ਅੱਛਾ ਦੇਖ ਪਿਆਰ ਆ ਉਹ ਹੁਣ ਆਪਾਂ ਲਾਲਾ ਵੀ ਜੇ ਇਨਸਾਨ ਨੂੰ ਹੀ ਬੁੱੱਕਲ ਚ ਲੈ ਲਿਆ ਸਾਪ ਨੂੰ ਲੈ ਲਿਆ ਇਨਸਾਨ ਨਾਲ ਇਹ ਨਹੀਂ ਨਫ਼ਰਤ ਕਿਉਂ ਹੋ ਗਈ ਇਨੀ ਛੋਟੀ ਉਮਰ ਦੇ ਵਿੱਚ ਕਿਵੇਂ ਪਤਾ ਲੱਗ ਗਿਆ ਵੀ ਇਨਸਾਨ ਸੱਪ ਦੇ ਬਰਾਬਰ ਹੁੰਦਾ ਸੱਪ ਦੇ ਬਰਾਬਰ ਹੀ ਆ ਬਾਈ ਜੀ ਜਿਹੜੇ ਹੁਣ ਡੰਗ ਮਾਰਦੇ ਡੰਗ ਮਾਰ ਮਾਰੇ ਮਰਾਮ ਰਾਜ ਤੋਂ ਧੱਕ ਆਏ ਆ ਅੱਛਾ ਬਹੁਤ ਘਰ ਵੀ ਖਵਾਇਆ ਪਰ ਕਿਸੇ ਦਾ ਕੋਈ ਖਾਦਾ ਨਹੀਂ ਕੋਈ ਆ ਨਹੀਂ ਕਹਿ ਸਕਦਾ ਬਾਈ ਸੁੱਖ ਸਾਡਾ ਘਰ ਖਾ ਗਿਆ ਸੁੱਖ ਹੈ ਹਰੇਕ ਦੇ ਘਰੇ ਯਾਰ ਮਿੱਤਰ ਦੇ ਜਾਈਦਾ ਪਹਿਲਾਂ ਉਹਦੀ ਮਾਤਾ ਨੂੰ ਨਮਸਕਾਰ ਭੈਣ ਨੂੰ ਕਰੀ ਦੀ ਵੀ ਭੈਣ ਮੇਰੀ ਜ ਮੇਰੇ ਵੀ ਘਰੇ ਬੈਠੀ ਮੇਰੀ ਭੈਣ ਆ ਅੱਛਾ ਤੇ ਜੇ ਆਪਾਂ ਕਹਿ ਦੀਏ ਵੀ ਹਾਂ ਵੀ ਮੈਂ ਐ ਆ ਮੈਂ ਉਹ ਆ ਮੈਂ ਨਾ ਤਾਂ ਕੋਈ ਸਤਾਰਾ ਨਾ ਫਲਾਨਾ ਨਾ ਟੀਮ ਕਾ ਨੋਰਮਲ ਜੇ ਕਰਦਾ ਵੀ ਜਿਵੇਂ ਵੀ ਆ ਦੰਗ ਜਿਹੜਾ ਮਾਰੂਗਾ ਅੱਗੋਂ ਫਿਰ ਮਰਾ ਵੀ ਲਾਊਗਾ ਇੱਕ ਇੱਕ ਰੀਲ ਪਾਈ ਵੀ ਦੰਦ ਸੋਨੇ ਦਾ ਲਵਾਇਆ ਹੈ ਹਾਂਜੀ ਇਹ ਵਾਕੇ ਵਿੱਚ ਸੋਨੇ ਦਾ ਹਾਂਜੀ ਸੋਨੇ ਦਾ ਇਹ ਕਿੱਥੋਂ ਆ ਗਿਆ ਵੀ ਦਿਮਾਗ 'ਚ ਫਿਰ ਇਹ ਦਿਮਾਗ 'ਚ ਆਇਆ ਬਸ ਜਿਵੇਂ ਵੱਡੇ ਹੀ ਕੋਈ ਦੇਖ ਦੇ ਛੋਟੇ ਹੁੰਦੇ ਬਈ ਯਾਰ ਇਹਨਾਂ ਦੇ ਦੰਦ ਮੂੰਹ 'ਚ ਕੀ ਆ ਸੋਨੇ ਦੇ ਦੰਦ ਆ ਜਿਵੇਂ ਕਿਤੇ ਇੰਸਟਾ ਤੇ ਜਾਂ ਕਿਤੇ ਹੋਰ ਵੀ ਦੇਖਦੇ ਬਈ ਯਾਰ ਇੰਨੇ ਸੋਨੇ ਦਾ ਲਵਾਇਆ ਤੇ ਮੈਂ ਵੀ ਦੇਖ ਕੇ ਯਾਰ ਚਾਹ ਹੁੰਦਾ ਇੱਕ ਉਹ ਚੀਜ਼ ਕਰਾਈ ਹੁਣ ਉਹ ਚੀਜ਼ ਮੈਨੂੰ ਆਇਆ ਹੁੰਦਾ ਜਿਹੜੀ ਚੀਜ਼ ਮੈਂ ਦੇਖ ਲਈ ਨਾ ਵੀ ਮੈਨੂੰ ਆਇਆ ਹੁੰਦਾ ਵੀ ਕਿਵੇਂ ਨਾ ਕਿਵੇਂ ਮੈਂ ਕਰਨੀਆਂ 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 ਉਹ ਚੀਜ਼ ਕਰਕੇ ਢਦਾ ਇਹ ਸਾਰਾ ਫਿਰ ਆਪਦੇ ਖਰਚੇ ਜੋ ਕਰ ਰਹੇ ਜਾਂ ਮਾਪਿਓ ਦਿੰਦੇ ਖਰਚੇ ਆਪਦੇ ਆਪਦੇ ਖਰਚੇ ਜੋ ਆਪ ਦੇ ਕੋ ਟੈਟੂਆ ਟੈਟੂ ਕਈ ਹੁਣ ਮੈਨੂੰ ਮੇਰੇ ਭਰਾ ਗਿਫਟ ਕਰਦੇ ਆ ਵੀ ਸੁਖ ਆਊਟ ਟੈਟੂ ਬਣਾ ਕੇ ਜਾਓ ਕਈ ਵਾਰੀ ਮੂਡ ਹੁੰਦਾ ਚਲ ਜਾਈਦਾ ਵਧੀਆ ਭਰਾ ਗਿਫਟ ਵੀ ਕਰਦੇ ਆ ਹੁਣ ਮੈਂ ਤੁਹਾਨੂੰ ਸਹੀ ਦੱਸਾਂ ਬਾਬਾ ਜੀ ਪਹਿਲਾ ਪਹਿਲਾ ਜਿਹੜਾ ਲੱਗਿਆ ਟੈਟੂ ਦੇ ਪੈਸੇ ਲੱਗ ਗਿਆ ਹੁਣ ਤਾਂ ਬਸ ਮਹਾਰਾਜ ਦੀ ਕਿਰਪਾ ਨਾਲ ਗਿਫਟ ਆ ਜਾਂਦੇ ਹੈ ਆਪਣੇ ਘਰੇ ਹਜੇ ਭਰਾ ਬੈਠੇ ਸੀ ਉਹ ਵੀ ਕਹਿੰਦੇ ਟੈਟੂ ਬਈ ਗਿਫਟ ਕਰਨਾ ਜ਼ ਜੇ ਗੱਲ ਕਰੀਏ ਤੁਹਾਨੂੰ ਪਹਿਚਾਨ ਹੋ ਗਈ ਲੋਕਾਂ ਨੂੰ ਪਹਿਚਾਨ ਕਰਾ ਰਿਹਾ ਹਾਂ ਵੀ ਇਨੀ ਛੋਟੀ ਉਮਰ ਦੇ ਵਿੱਚ ਪਤਾ ਕਿਵੇਂ ਲੱਗਦਾ ਹੈ ਮਤਲਬ ਜੇ ਲੋਕਾਂ ਨੇ ਪਹਿਚਾਨ ਕਰਨੀ ਹੋਵੇ ਇਹ ਇਨਸਾਨ ਕੌਣ ਹੈ ਤੇ ਸੱਪ ਕੌਣ ਹੈ ਉਹਦੇ ਲਈ ਮਤਲਬ ਕਿੱਥੋਂ ਪਤਾ ਲੱਗਦਾ ਹੈ ਉਹਦੇ ਲਈ ਉਹਨੂੰ ਕੋਈ ਸਵਾਲ ਪਾ ਕੇ ਦੇਖੋ ਅੱਛਾ ਜੇ ਆਪਾਂ ਕਿਸੇ ਮੈਟਰ 'ਚ ਫਸਿਆ ਨਾ ਉੱਥੇ ਉਹਨੂੰ ਖਿਲਾਰ ਕੇ ਦੇਖੋ ਵੀ ਮੇਰੇ ਨਾਲ ਚੱਲ ਵੀ ਜੇ ਆਪਾਂ ਅਜ ਖੂਛ ਛਾਲ ਮਾਰ ਲੱਗੇ ਹਨਾ ਵੀ ਬਾਈ ਨਾਲ ਮਾਰ ਕੇ ਦੇਖ ਸਵਾਦ ਬੜਾ ਆਉਂਦਾ ਹੈ ਜੇ ਉਹ ਅਗਲਾ ਕਹਦਾ ਵੀ ਤੂੰ ਹੀ ਮਾਰ ਤੈਨੂੰ ਹੀ ਸੁਵਾ ਦਊਗਾ ਚੱਲ ਬੈਠ ਉਹਦੀ ਛੁੱਟੀ ਕਰੋ ਵੀ ਉਹਨੂੰ ਪਾਸੇ ਕਰ ਦਿਓ ਹਾਂ ਪਾਸੇ ਕਰ ਦੋ ਉਹਦੇ ਨਾਲ ਰੱਖੋ ਜ਼ਰੂਰ ਪਰ ਉਹਨੂੰ ਆ ਜਿਹੜਾ ਉਹਨੂੰ ਫੀਲ ਹੋਵੇ ਅੰਦਰੋਂ ਅੰਦਰ ਯਾਰ ਬੰਦੇ ਨੂੰ ਮੈਂ ਐ ਕੀਤਾ ਵੀ ਵੀ ਉਹਨੂੰ ਅੱਗੇ ਤੋਂ ਬੁਲਾਉਂਦਾ ਨਹੀਂਗਾ ਉਹ ਚੀਜ਼ ਕਰਨ ਨਹੀਂ ਰਿਹਾ ਵੀ ਪਾਸੇ ਕਰ ਪਾਸੇ ਕਰ ਰਿਹਾ ਮੈਂ ਐ ਨਾ ਕਰੋ ਵੀ ਐ ਨਾ ਕਰੋ ਵੀ ਹਾਂ ਵੀ ਚੱਲ ਵੀ ਖੇਡ ਨਾ ਉਹਨੂੰ ਕਹੋ ਵੀ ਹਾਂ ਬੈਠ ਚਾਹ ਪੀ ਰੋਟੀ ਖਾ ਬਹੁਤ ਸੋਣਾ ਚੱਲੋ ਖੇਡੋ ਅੱਛਾ ਜਿਹੜੀ ਗੱਲ ਮਾਪੇ ਕਹਿੰਦੇ ਸੀ ਉਹ ਕਿਤੇ ਨਾ ਕਿਤੇ ਸੱਚ ਹੋਈ ਹੈ ਵੀ ਸਾਰੇ ਲਾਂਗੇ ਹੋ ਗਏ ਤੇ ਇਕੱਲਾ ਸੁਖ ਖੜਾ ਰਹਿ ਗਿਆ ਹਾਂਜੀ ਹੋਈ ਆ ਸੱਚ ਹੂੰ ਹੋਈ ਆ ਜਿਹੜੇ ਜਿਹੜੇ ਵੀ ਨਾਲ ਸੀਗੇ ਹੂੰ ਤੇ ਘਰੋ ਘਰੀ ਪਛਾਹੇ ਤੇ ਬਸ ਖੜੇ ਆ ਅਜੇ ਵੀ ਖੜੇ ਆ ਅੱਜ ਵੀ ਜੇ ਕੋਈ ਸੱਚੀ ਨੀਤਣਾ ਯਾਰ ਮਿੱਤਰ ਕੋਈ ਵਧੀਆ ਜਿਹੜਾ ਆਪਣੇ ਦਿਲੋਂ ਕਰਦਾ ਉਹਦੇ ਲਈ ਅੱਜ ਵੀ ਜਾਣ ਸ਼ਾਵਰਾ ਉਹਦੇ ਲਈ ਅੱਜ ਵੀ ਖੜੇ ਆ ਇਨੀ ਡੈਡੀਕੇਸ਼ਨ ਦਿੰਦਾ ਕੌਣ ਆ ਮਤਲਬ ਇੱਕ ਹੁੰਦਾ ਨਾ ਇਨਸਪੀਰੇਸ਼ਨਲ ਪਾਵਰ ਹੁੰਦੀ ਆ ਪਰਿਵਾਰ ਦੇ ਵਿੱਚ ਕੌਣ ਪਾਵਰ ਦਿੰਦਾ ਵੀ ਜਿੱਥੇ ਸੁੱਖ ਨੇ ਇਹਨੇ ਧੋਖੇ ਖਾਦੇ ਆ ਤਾਂ ਫਿਰ ਪੋਜ਼ਿਟਿਵ ਕੀ ਨਹੀਂ ਕੀਤਾ ਇਹ ਆਪ ਦੇ ਦਿਮਾਗ ਨੂੰ ਆਪ ਹੀ ਸਮਝ ਆਇਆ अच्छा ना मैं डैडी को रोया ना मम्मी को रोया ना बहन को रोया ठीक है आप ਦੇ ਦਿਮਾਗ ਨੂੰ ਆਪ ਸਮਿਆਂ ਵੀ ਮੈਂ ਇਸ ਲਾਈਨ 'ਚ ਜੇ ਤੁਰੂੰਗਾ ਤੇ ਮੇਰਾ ਮਾੜਾ ਜੇ ਇਸ ਤੇ ਤੁਰੂ ਮੇਰਾ ਚੰਗਾ ਉਹ ਆਪ ਨੂੰ ਦੇਖਣਾ ਪੈਂਦਾ ਹੁਣ ਆਪਾਂ ਕਿਸੇ ਪੰਗੀ ਦੀਆਂ ਕਿਸੇ ਵੀ ਕੋਈ ਮਹਿਫਲ 'ਚ ਬੈਠੇ ਆਂ ਅਗਲਾ ਤਾਂ ਆਫਰ ਆਪਾਂ ਨੂੰ ਕਰੂਗਾ ਵੀ ਲੈ ਪੀ ਖਾ ਉਹ ਆਪਣਾ ਦਿਮਾਗ ਵੀ ਆਪ ਖਾਣਾ ਕਿ ਪੀਣਾ ਕੀ ਕਰਨਾ ਵੀ ਆਪਣਾ ਹੱਥ ਜਾ ਰਿਹਾ ਅੱਗੇ ਕਿ ਨਹੀਂ ਜਾ ਰਿਹਾ ਆਪਾਂ ਬੈਠੇ ਜ਼ਰੂਰ ਆ ਬਾੜੀ ਚੰਗੀ ਥਾਂ ਤੇ ਬੈੰਨੇ ਵੀ ਆ ਅਗਲਾ ਕਹਿੰਦਾ ਉਹ ਆਪਾਂ ਨੂੰ ਮਰਜ਼ੀ ਹੈ ਨਾ ਵੀ ਆਪਾਂ ਫੜ ਰਹੇ ਆ ਜਾਂ ਨਹੀਂ ਫੜ ਰਹੇ ਹਾਂਜੀ ਹੁਣ ਮੈਸੇਜ ਕੀ ਦੋਂਗੇ ਯੂਥ ਦੀ ਜੇਕਰ ਗੱਲ ਕਰੀਏ ਯੂਥ ਨਾ ਬੜੀ ਨਸ਼ੇ ਵੱਲ ਜਿਹੜੀ ਹੈ ਕর্ষਿਤ ਹੁੰਦੀ ਹੈ ਨਸ਼ਾ ਚੰਗਾ ਲੱਗਦਾ ਹੈ ਜਾਂ ਕੁਝ ਐਜੇ ਲੋਕ ਨੇ ਜਿਹੜੇ ਕੁਝ ਸੱਟਾਂ ਵਾਜਦੀਆਂ ਜਿਵੇਂ ਸੁਖ ਦੇ ਵਦੀਆਂ ਤਾਂ ਕੋਈ ਸੱਟਾਂ ਵਾਜਦੀਆਂ ਉੱਥੇ ਹੀ ਨਿਰਾਸ਼ ਹੋ ਜਾਂਦੇ ਤੇ ਜ਼ਿੰਦਗੀ ਤੋਂ ਹੌਸਲਾ ਸਿੱਟ ਦਿੰਦੇ ਆ ਉਹਨਾਂ ਲਈ ਕੀ ਮੈਸੇਜ ਜਿਹੜੇ ਨਿਰਾਸ਼ ਹੁੰਦੇ ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹੂੰਗਾ ਵੱਡੇ ਭਾਈ ਨਿਰਾਸ਼ ਹੁੰਦੀ ਕੋਈ ਲੋੜ ਨਹੀਂ ਸਗੋਂ ਆਪਾਂ ਨੂੰ ਉੱਥੋਂ ਇੱਕ ਨਵੀਂ ਜ਼ਿੰਦਗੀ ਮਿਲਦੀ ਆ ਠੀਕ ਹੈ ਵੀ ਆਪਾਂ ਜਿਹੜੇ 6 ਵਜੇ ਆ ਨਾ ਇਸ ਨੂੰ ਸਗੋਂ ਖੁੱਲੀ ਰਹਿਣ ਦਿਓ ਪਰ ਹੁਣ ਨਾ ਦਵਾਈ ਲਓ ਖੁੱਲੀ ਰਹਿਣ ਦਿਓ ਵੀ ਇਸ ਤੇ ਆਪਾਂ ਨੂੰ ਪਤਾ ਲੱਗੇ ਵੀ ਅੱਗੇ ਤੋਂ ਇਹ ਸਟਰ ਵੱਜੇ ਨਾ ਸਗੋਂ ਜਿਹੜਾ ਬੰਦਾ ਮਾਰ ਰਿਹਾ ਉਹਨੂੰ ਇੰਨੇ ਕੁ ਵਧੀਆ ਤਗੜੇ ਹੋ ਕੇ ਦਿਖਾਓ ਵੀ ਪਹਿਲੀ ਬਾਤ ਹੈ ਸਿਰ ਲੱਗ ਗਿਆ ਇੰਨਾ ਇੰਨਾ ਪੋਜ਼ਿਟਿਵ ਹਾਂ ਤੇ ਹੁਣ ਮਨ ਦੇ ਵਿੱਚ ਕੀ ਚੱਲਦਾ ਕਿਉਂਕਿ ਜੇ ਗੱਲ ਕਰੀਏ ਰੀਲਸ ਵੀ ਚੱਲ ਰਹੀਆਂ ਇੰਸਟਾ ਤੇ ਗਾਣੇ ਵੀ ਆ ਗਏ ਇੱਛਾ ਸੀਗੀ ਜਿਹੜੀ ਆਰਮੀ ਦੇ ਵਿੱਚ ਜਾਣਾ ਚਾਹਲੋ ਉਹ ਪੋਸੀਬਲ ਨਹੀਂ ਹੋਇਆ ਪਰ ਹੁਣ ਕੀ ਐਮ ਬਣਾਇਆ ਨਵਾਂ ਹੁਣ ਐਮ ਬਸ ਸੁਆਦ ਹੀ ਆ ਇੱਕ ਇੱਕ ਹੀ ਭੁਕਣੀ ਆ ਅੱਛਾ ਜਿਹੜੇ ਜਿਹੜੇ ਹੁਣ ਕਹਿੰਦੇ ਸੀ ਨਾ ਬਈ ਇਹ ਆ ਜੀ ਤੁਰਿਆ ਫਿਰਦਾ ਇਹ ਬਸ 빙ਗਾ ਬੋਲਾ ਜਿਵੇਂ ਵੀ ਆ ਬਸ ਉਹਨਾਂ ਨੂੰ ਐਂ ਦਿਖਾਉਣਾ ਵੀ ਆ ਤੁਰਿਆ ਫਿਰਦੇ ਜਿਹੜੇ ਕਹਿੰਦੇ ਸੀ ਵੀ ਜਮਾ ਡੈਡ ਆ ਵੀ ਹੁਣ ਨਹੀਂ ਕੁਛ ਕਰਦਾ ਖੜਕੇ ਦਿਖਾਵਾਂਗੇ ਖੜੇ ਆ ਅਜੇ ਤਾਂ ਮੈਂ ਕਹਿੰਨਾ ਬਾਈ ਜੀ ਮੈਂ ਤੁਰਿਆ ਨਹੀਂਗਾ ਖੜਾ ਹੀ ਆ ਇੱਕ ਥਾਂ ਤੇ ਬਸ ਪੈਰ ਜੱਗੇ ਪਿੱਛੇ ਕਰੀ ਜਾਂਦਾ ਜਿੱਦੇ ਤੁਰ ਪਏ ਉਹਦੇ ਮਹਾਰਾਜ ਸੁੱਖ ਰੱਖੇ ਦੇਖਦੇ ਕੀ ਬਣਦਾ ਪ੍ਰਮਾਤਮਾ ਤੇ ਕਿੰਨਾ ਕੁ ਭਰੋਸਾ ਹੈ ਤੇ ਲੱਕ ਤੇ ਲੱਕ ਤੇ ਵੀ ਭਰੋਸਾ ਪ੍ਰਮਾਤਮਾ ਤੇ ਭਰੋਸਾ ਹਮ ਸਭ ਤੋਂ ਵੱਡਾ ਪ੍ਰਮਾਤਮਾ ਤੇ ਭਰੋਸਾ ਸਭ ਤੋਂ ਵੱਡਾ ਮੇਰੀ ਮਾਂ ਤੇ ਭਰੋਸਾ ਜਿਹੜੀ ਅੱਜ ਤੱਕ ਮਾੜੇ ਚੰਗੇ ਰਾਹਾਂ ਵਿੱਚ ਮੇਰੇ ਨਾਲ ਖੜੀ ਆ ਹਮ ਮਾੜਾ ਵੀ ਕਰਕੇ ਮੈਂ ਘਰੇ ਆਇਆ ਤਾਂ ਵੀ ਮੇਰੇ ਨਾਲ ਖੜੀ ਆ ਅੱਜ ਮਾਤਾ ਨੂੰ ਸਕੂਨ ਹੈ ਵੀ ਮੇਰਾ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਤੇ ਸਹੀ ਟਾਈਮ ਨਾਲ ਘਰੇ ਆਉਂਦਾ ਤੇ ਮੇਰੀ ਗੱਲ ਮੰਨਦਾ ਹੈ ਪੂਰਾ ਸਕੂਨ ਹੈ ਜੀ ਹਮ ਪੂਰਾ ਜਮੈਂ ਮੈਂ ਕਹਿੰਦਾ ਟੈਨਸ਼ਨ ਨਹੀਂ ਮਾਤਾ ਅੱਧੀ ਰਾਤ ਨੂੰ ਘਰੇ ਆਵਾਂ 1:30 2:00 ਵਜੇ ਭਾਵੇਂ ਬੜਾ ਹੀ ਨਾ ਕਰੇ ਭਾਵੇਂ ਗੱਡੀ ਖਿਲਾਰ ਕੇ ਬਾਹਰ ਬੈਠਾ ਰਹਾ ਮੈਂ ਕੁਈ ਟੈਂਸ਼ਨ ਨਹੀਂ ਵੀ ਕਿੱਥੇ ਫਿਰਦਾ ਫੋਨ ਆਉ ਮਾਤਾ ਦਾ ਹਾਂ ਵੀ ਕਿੱਥੇ ਮਾਤਾ ਇੱਥੇ ਆ ਠੀਕ ਆ ਜੀ ਆ ਇਹ ਆ ਸੁਖ ਰਤੀਆ ਤੁਸੀਂ ਵੀ ਇੰਸਟਾ ਤੇ ਰੀਲਸ ਇਹਦੀਆਂ ਦੇਖੀਆਂ ਹੋਣੀਆਂ ਤੇ ਪੋਜ਼ਿਟਿਵ ਕਿੰਨੀਆਂ ਗੱਲਾਂ ਨੇ ਤੇ ਨੈਗੇਟਿਵਿਟੀ ਜਿਹੜੀ ਅਡਪਟ ਕੀਤੀ ਸੀ ਜਿਸ ਨੇ ਇਸ ਨੌਜਵਾਨ ਨੂੰ ਖਰਾਬ ਵੀ ਕੀਤਾ ਸੀ ਪਰ ਪਰਿਵਾਰ ਤੇ ਪ੍ਰਮਾਤਮਾ ਦੇ ਭਰੋਸੇ ਤੇ ਹਿੰਮਤ ਹੌਸਲੇ ਜਜ਼ਬੇ ਨਾਲ ਇਸ ਨੇ ਉਸ ਜੰਗਾਂ ਨੂੰ ਜਿੱਤ ਕੇ ਅੱਜ ਫਤਿਹ ਕੀਤਾ ਹੈ ਕਿ ਇੰਸਟਾ ਦੇ ਉੱਪਰ ਵਧੀਆ ਨਾਮ ਹੈ ਆਫਰ ਵੀ ਆ ਰਹੀ ਹੈ ਸੌਂਗਸ ਨੂੰ ਲੈ ਕੇ ਤੇ ਕੈਰੀਅਰ ਸੈੱਟ ਹੋ ਗਿਆ ਇਸ ਨੌਜਵਾਨ ਦਾ ਤੇ ਸੇਦ ਕੋਈ ਵੀ ਨਸ਼ਿਆਂ ਤੋਂ ਪਰੇਜ਼ ਕਰੋ ਤੇ ਜਿਹੜੇ ਲੋਕ ਨਿਰਾਸ਼ਾ ਮੰਨ ਕੇ ਜਿਹੜੇ ਘਰਾਂ ਦੇ ਵਿੱਚ ਬੈਠ ਜਾਂਦੇ ਨੇ ਉਹ ਪੋਜ਼ਿਟਿਵ ਸੋਚਣਾ ਸਭ ਤੋਂ ਪਹਿਲੀ ਚੀਜ਼ ਤੇ ਪਛਾਣ ਕਰਨ ਚੰਗੇ ਮਾੜੇ ਦੀ ਜਿਵੇਂ ਸੁਖ ਨੇ ਮਾੜੇ ਦੀ ਪਛਾਣ ਮਾੜਿਆਂ ਦੇ ਵਿੱਚ ਰਹਿ ਕੇ ਕੀਤੀ ਆ ਤਾਂ ਉਸੇ ਤਰ੍ਹਾਂ ਸੇਦ ਵੀ ਇਹੀ ਦੇ ਰਿਹਾ ਹੈ ਵੀ ਮਾੜਿਆਂ ਦੀ ਪਹਿਚਾਨ ਸਮੇਂ ਸਿਰ ਕਰ ਲੋ ਤਾਂ ਜੋ ਤੁਹਾਡਾ ਕੋਈ ਨੁਕਸਾਨ ਨਾ ਹੋਵੇ। ਹੁਣ ਦੇਖਣਾ ਇਹ ਵੀ ਲੋਕ ਕਿੰਨੇ ਕੁ ਜਾਗਰੂਕ ਹੁੰਦੇ ਨੇ ਕਿਉਂਕਿ ਲੋਕਾਂ ਦੀ ਪੋਜ਼ਿਟਿਵ ਨੇਚ ਨੂੰ ਲੈ ਕੇ ਅਸੀਂ ਇਹ ਅਜਿਹੀਆਂ ਸਟੋਰੀਆਂ ਤੁਹਾਡੇ ਸਾਹਮਣੇ ਲੈ ਕੇ ਆਉਨੇ ਆ ਵੀ ਲੋਕ ਜਿਹੜੇ ਨੇ ਉਹ 네ਗੇਟਿਵ ਸੋਚਾਂ ਨੂੰ ਛੱਡ ਕੇ ਪੋਜ਼ਿਟਿਵ ਸੋਚ ਅਪਣਾ ਸਕਣ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਪਰਮਦੀ ਪ੍ਰਾਣਾ ਰਜਾਨਾਸ ਸਪੋਕਸਮੈਨ ਰਤੀਆ